हेलो एवरीवन, सत श्री अकाल, नमस्ते आदाब। मैं हां मनदीप लेके हाजिर हाँ एंटरटेनमेंट का सैगमेंट यानी कि स्पाइसी रील्स। जी हाँ, बॉलीवुड टॉलीवुड के विच की खास चल रहा है उस सारिया खबरों पर आप नज़र पाने होंने। जी हाँ, किसका जन्मदिन है, किसने किदे लई की कीता या फिर कौन कितने स्पॉट होया ते केड़ी फिल्म किसकी हो रही है प्रमोट, आओ नज़र पाने। फेमस संगीतकार ए आर रहमान की बेटी खादिजा ने 26 मई को ऑडियो इंजीनियर रियासतीन शेख मोहम्मद के नाल निकाह किया। कपल के विआह दी तस्वीरां ते वीडियोज़ भी सामने आईया। बीती रात नूं ए आर रहमान ने चेन्नई दे विच खतीजा दे लई ग्रैंड रिसेप्शन पार्टी रखी। ए एक म्यूजिकल रिसेप्शन सी। इस पार्टी दे विच परिवार, दोस्त अते स्टार्स ने शिरकत कीती। इस पार्टी दीआं तस्वीरां ते वीडियोज़ सोशल मीडिया उत्ते खूब वायरल हो रही ने। तस्वीरां दे विच खतीजा पर्पल कलर दे लहंगे दे विच बेहद प्यारी लग रही है। उत्थे रियासतीन ब्लैक पैंट सूट विच हैंडसम लग रहे ने। ए आर रहमान ब्लैक आउटफिट दे विच नजर आ रहे ने। इस दे उपर ही तो ही सिंगर ने ब्लू कोट पहनिया होया। पार्टी दे विच सिंगर उदित नारायण, जावेद अली, सोनू निगम, हनी सिंह, संगीतकार शिवमणि हनी सिंह अते जतिन पंडित ने शिरकत की। इस तो इलावा मनीषा कोयराला, साहिल खान, संदीप सिंह, फिल्ममेकर मणिरत्नम अते शेखर कपूर ने भी पार्टी दे विच अपनी मौजूदगी दिती। इस दे इलावा तमिलनाडु दे मुख्यमंत्री एम के स्टालिन भी पहुंचे। पार्टी दे विच मन्ने परमन्ने सिंगर्स ने अपनी परफॉर्मेंसेस दे नाल समा बांध लिया। फैंस इन्हां तस्वीरां नूं खूब पसंद कर रहे ने। ਦੱਸੀਏ ਕਿ ਪਹਿਲਾਂ 10 June 2022 ਨੂੰ ਖਾਤੀਜਾ ਦਾ ਵੈਡਿੰਗ ਰਿਸੈਪਸ਼ਨ ਹੋਇਆ ਸੀ। ਵੈਡਿੰਗ ਰਿਸੈਪਸ਼ਨ ਦੇ ਵਿੱਚ ਖਾਤੀਜਾ ਨੇ ਮੈਰੂਨ ਸੂਟ ਪਹਿਨਿਆ ਸੀ। ਉੱਥੇ ਰਿਆਜ਼ ਦੀ ਬਲੂ ਕਲਰ ਦੀ ਸ਼ੇਰਵਾਨੀ ਦੇ ਵਿੱਚ ਨਜ਼ਰ ਆਏ ਸੀ। 29 December ਨੂੰ ਖਾਤੀਜਾ ਤੇ ਰਿਆਸਦੀਨ ਨੇ ਸਗਾਈ ਕੀਤੀ ਸੀ, ਜਿਸ ਵਿੱਚ ਪਰਿਵਾਰ ਅਤੇ ਕਰੀਬੀ ਲੋਕ ਹੀ ਸ਼ਾਮਿਲ ਹੋਏ ਸੀ। ਫਿਲਹਾਲ ਇਸ ਮਿਊਜ਼ੀਕਲ ਰਿਸੈਪਸ਼ਨ ਪਾਰਟੀ ਤੇ ਨਜ਼ਰ ਪਾਉਂਦੇ ਹਾਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ 28 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਸਿੱਧੂ ਮੂਸੇਵਾਲੇ ਨੇ ਗਾਇਕੀ ਦੇ ਕਰੀਅਰ ਵਿੱਚ ਕਾਫੀ ਪ੍ਰਸਿੱਧੀ ਖੱਟੀ। 11 June ਨੂੰ ਮੂਸੇਵਾਲੇ ਦੇ ਪ੍ਰਸ਼ੰਸਕ ਨੇ ਮੂਸੇਵਾਲੇ ਦੀ ਯਾਦ 'ਚ ਉਹਨਾਂ ਦਾ ਜਨਮ ਦਿਨ ਵੀ ਮਨਾਇਆ। ਜੀ ਹਾਂ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਆਓ ਪਹਿਲਾਂ ਇਹਨਾਂ 'ਤੇ ਨਜ਼ਰ ਪਾਉਂਦੇ ਹਾਂ। ਤੁਸੀਂ ਦੇਖਿਆ ਕਿ ਪ੍ਰਸ਼ੰਸਕਾਂ ਨੇ ਬੇਹੱਦ ਖਾਸ ਤਰੀਕੇ ਦੇ ਨਾਲ ਮੂਸੇਵਾਲੇ ਦੀ ਯਾਦ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ। ਅਜਿਹੇ 'ਚ ਵਿਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਆਪਣੇ ਪਸੰਦੀਦਾ ਗਾਇਕ ਨੂੰ ਬਰਥਡੇ ਵਿਸ਼ ਕੀਤਾ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲੇ ਦੇ ਦੱਖਣੀ ਕੋਰੀਆ ਦੇ ਇੱਕ ਪ੍ਰਸ਼ੰਸਕ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ, ਪਹਿਲਾਂ ਉਸ ਵੀਡੀਓ ਤੇ ਪਾਉਂਦੇ ਹਾਂ ਇੱਕ ਨਜ਼ਰ। ਸੱਸ ਪੁੱਤ ਤੇਰਾ ਹਿੱਤ ਤਾਂ ਕਾਸਤੋ, ਚੰਗਾ ਪਹਿਲਾਂ ਹੱਸਦਾ ਸੀ ਮੂਨ ਕਾਸਤੋ, ਅਚੇਰ ਦੇਰ ਬਾਜ ਵਿੱਚ ਬੋਧ ਚੱਕੀ ਖੋਰਿਆ, ਮੈਂ ਚੰਗੀ ਤੋਰਾ ਜਾਣਦਾ ਆ ਕੌਣ ਕਾਸਤੋ, ਕੁਛੀਏ ਦੇ ਚੰਦ ਚਮਕਾਉਣਾ ਚੰਦ ਨੇ, ਕੁਛ ਤੀਨ ਫੋਰ ਥਲ ਲਾਉਣਾ ਚੰਦ ਨੇ, ਕੁਛ ਕੁੰਨੇ ਆਏ ਤੇ ਭੁੱਕੇ ਪੇ ਮਰੇ, ਨਾਮ ਲੈ ਕੇ ਤੇਰਾ ਹੈ ਕਿ ਆਉਣ ਚੰਦ ਨੇ, ਮੁਸੀਬਤ ਤਾਂ ਮਰਦ ਤੇ ਪਾਇੰਦ ਲੈਂਦੀ ਹੈ, ਤਾਂ ਵੀ ਨਾ ਤੂੰ ਤੂੰ ਨੀ ਆ ਸਵਾਦ ਲੈਂਦੀ ਹੈ, ਨਲ ਚੇਰੇ ਰਸਤੇ ਤੇ ਤੂੰ ਤੁਰਿਆਂ ਨੇ ਤੇ ਪਤ ਨਾਮੀ ਹਾਈ ਰੇਟ ਮਿਲੂਗੀ, ਦਿੱਤ ਕੰਟਰੋਵਰਸ ਕ੍ਰੇਟ ਮਿਲੂਗੀ, ਤਾਰ ਮਤ ਨਾਮ ਤੇ ਤਬੇਤ ਮਿਲੂਗੀ, ਸੱਚ ਬੋਲਣੇ ਖਤਮ ਮਿਲੂ ਤੋ ਸੋ ਪਛਾਣ ਵਿੱਚ ਘਾਰੇ ਰਤ ਰੱਖੇ ਪੁੱਤ ਹੇਤ ਮਿਲੂਗੀ, ਦਿੱਤ ਕੰਟਰੋਵਰਸ ਕ੍ਰੇਟ ਮਿਲੂਗੀ। ਜੀ ਹਾਂ, ਇਸ ਕੋਰੀਅਨ ਫੈਨ ਨੇ ਆਪਣੇ ਪਸੰਦੀਦਾ ਗਾਇਕ ਸਿੱਧੂ ਮੂਸੇਵਾਲੇ ਨੂੰ ਜਨਮ ਦਿਨ ਦੀ ਵੀ ਵਧਾਈ ਦਿੱਤੀ ਅਤੇ ਦਿਲ ਨੂੰ ਛੂ ਜਾਣ ਵਾਲਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ 'ਚ ਤੁਸੀਂ ਦੇਖਿਆ ਕਿ ਇਹ ਕੋਰੀਅਨ ਫੈਨ ਸਿੱਧੂ ਮੂਸੇਵਾਲੇ ਦਾ 295 ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਫੈਨ ਪੰਜਾਬੀ ਭਾਸ਼ਾ 'ਚ ਹੀ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਹਰ ਇੱਕ ਨੂੰ ਭਾਵੁਕ ਤੇ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇਸ ਫੈਨ ਨੇ ਲਿਖਿਆ, ਹੈਪੀ ਬਰਥਡੇ ਲੈਜੈਂਡ ਸਿੱਧੂ ਮੂਸੇਵਾਲਾ। ਹੁਣ ਇਹ ਵੀਡੀਓ ਵੱਖ-ਵੱਖ ਪੇਜਿਸ ਉੱਤੇ ਸ਼ੇਅਰ ਕੀਤੀ ਜਾ ਰਹੀ ਹੈ।
ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਜੇਕਰ ਦੁਨੀਆ ਵਿੱਚ ਹੁੰਦਾ ਤਾਂ 11 ਜੂਨ ਨੂੰ ਆਪਣਾ 29ਵਾਂ ਜਨਮ ਦਿਨ ਆਪਣੇ ਪਰਿਵਾਰ ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਮਨਾ ਰਿਹਾ ਹੁੰਦਾ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲ ਵਿਖੇ ਹੋਇਆ ਸੀ। ਟਿੱਬਿਆਂ ਤੋਂ ਉੱਠ ਕੇ ਸ਼ੁਭਦੀਪ ਨੇ ਸਿੱਧੂ ਮੂਸੇਵਾਲੇ ਤੱਕ ਦਾ ਸਫ਼ਰ ਤੈਅ ਕੀਤਾ। ਸਿੱਧੂ ਮੂਸੇਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੋ ਹੈ ਬੇਹੱਦ ਹਿੱਟ ਗੀਤ ਦਿੱਤੇ, ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰੇ ਹੀ ਮੁਕਾਮ ਤੱਕ ਪਹੁੰਚਾ ਦਿੱਤਾ ਸੀ। ਉਸਨੂੰ ਵਿਦੇਸ਼ਾਂ 'ਚ ਗੋਰੇ ਅਤੇ ਕਾਲੇ ਸਾਰੇ ਹੀ ਸੁਣਦੇ ਸੀ। ਸਿੱਧੂ ਮੂਸੇਵਾਲੇ ਆਪਣੇ ਕਈ ਹਿੱਟ ਗੀਤ ਦਰਸ਼ਕਾਂ ਦੇ ਚੋਣੀ ਪਾ ਚੁੱਕੇ ਨੇ। ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਜੀ ਹਾਂ, ਉਹ ਜੋ ਅੱਜ ਵੀ ਦੁਨੀਆ ਦੇ ਵਿੱਚ ਆਪਣੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਅਮਰ ਹੋ ਚੁੱਕੇ ਨੇ। ਜੀ ਹਾਂ, ਸਿੱਧੂ ਮੂਸੇਵਾਲੇ ਨੂੰ ਹਰ ਕੋਈ ਹਰ ਰੋਜ਼ ਯਾਦ ਕਰਦਾ ਹੈ। ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਜਨਮਦਿਨ ਸੀ। ਪੰਜਾਬ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਪੂਰੀ ਪੰਜਾਬੀ ਇੰਡਸਟਰੀ ਨੇ ਵੀ ਸਿੱਧੂ ਮੂਸੇਵਾਲੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾ ਦਿੰਦੇ ਹੋਏ ਭਾਵੁਕ ਪੋਸਟਾਂ ਪਾਈਆਂ। ਜੀ ਹਾਂ, ਤੁਹਾਨੂੰ ਦੱਸੀਏ ਤੇ ਕਈਆਂ ਨੇ ਉਹਨਾਂ ਦੀ ਮਾਂ ਦੇ ਕਹਿਰੇ ਤੇ ਰੁੱਖ ਵੀ ਲਗਾਏ। ਇਸੇ ਦੇ ਨਾਲ ਦੱਸੀਏ ਕਿ ਟਾਈਮ ਸਕੁਐਰ ਤੇ ਸਿੱਧੂ ਮੂਸੇਵਾਲੇ ਦੀ ਵੀਡੀਓ ਵੀ ਚਲਾਈ ਗਈ। ਆਓ ਪਹਿਲਾਂ ਉਹਨਾਂ ਦੀ ਇਸ ਵੀਡੀਓ ਤੇ ਨਜ਼ਰ ਪਾਉਂਦੇ ਹਾਂ। ਸ਼ਰਧਾਂਜਲੀ ਦੇਣ ਦੇ ਲਈ ਨਿਊਯਾਰਕ ਤੋਂ ਵੱਡੀ ਗਿਣਤੀ 'ਚ ਪ੍ਰਸ਼ੰਸਕ ਇਕੱਠੇ ਹੋਏ। ਨਿਊਯਾਰਕ ਦੇ ਟਾਈਮ ਸਕੁਐਰ ਤੇ ਹੋਰ ਥਾਵਾਂ ਉੱਤੇ ਸਿੱਧੂ ਮੂਸੇਵਾਲੇ ਦੇ ਮਿਊਜ਼ਿਕ ਵੀਡੀਓਜ਼ ਨੂੰ ਚਲਾਇਆ ਗਿਆ। ਇਸ ਸਥਾਨ ਉੱਤੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਇਕੱਠੇ ਹੋਏ ਸੀ, ਜਿੱਥੇ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ, ਜਿੱਥੇ ਸਾਰੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਸਾਡੇ ਦਿਲਾਂ 'ਚ ਅਮਰ ਹੈ ਦੇ ਨਾਅਰੇ ਲਗਾਏ। ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ। ਦੱਸਦੇ ਕਿ ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲ ਵਿਖੇ ਹੋਇਆ ਸੀ। ਸਿੱਧੂ ਮੂਸੇਵਾਲੇ ਦੀ ਮੌਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਹੈ, ਜਿਸ ਕਰਕੇ ਕਈ ਨਾਮੀ ਸਿੰਗਰਾਂ ਨੇ ਆਪਣੇ ਸ਼ੋਜ਼ ਅਤੇ ਫਿਲਮਾਂ ਨੂੰ ਮੁਲਤਵੀ ਕਰ ਦਿੱਤਾ ਸੀ। 29 ਮਈ ਨੂੰ ਇਸ ਉੱਭਰਦੇ ਸਿਤਾਰੇ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਗੈਂਗਸਟਰਸ ਵੱਲੋਂ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨੇ ਹਰ ਇੱਕ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਸੀ। ਅੱਜ ਉਹਨਾਂ ਦੀ ਮੌਤ ਤੋਂ 2 ਹਫ਼ਤੇ ਹੋ ਗਏ ਨੇ। 28 ਸਾਲਾ ਸਿੱਧੂ ਮੂਸੇਵਾਲੇ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਜ਼ਬਰਦਸਤ ਗੀਤ ਗਾਏ, ਜੋ ਹੁਣ ਰਹਿੰਦੀ ਦੁਨੀਆ ਤੱਕ ਵੱਜਦੇ ਰਹਿਣਗੇ। ਜੀ ਹਾਂ, ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਇੱਕ ਤੋਂ ਵੱਧ ਇੱਕ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰ ਉਹਨਾਂ ਨੂੰ ਯਾਦ ਕਰ ਰਹੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਜਨਮਦਿਨ ਮੌਕੇ ਪ੍ਰਸ਼ੰਸਕਾਂ ਨੇ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉੱਥੇ ਪਹੁੰਚ ਕੇ ਫੁੱਲ ਅਰਪਣ ਕੀਤੇ ਅਤੇ ਉਹਨਾਂ ਦਾ ਜਨਮਦਿਨ ਮਨਾਇਆ। ਇੰਟਰਟੇਨਮੈਂਟ ਦੀ ਡਰਾਮਾ ਕੁਈਨ ਰਾਖੀ ਸਾਵੰਤ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹਿੰਦੀ ਹੈ। ਜੀ ਹਾਂ, ਅਤੇ ਹੁਣ ਰਾਖੀ ਸਾਵੰਤ ਪੇਪਰਾਜ਼ੀ ਦੇ ਸਾਹਮਣੇ ਆਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ। ਉਸਦੇ ਨਾਲ ਉਹਨਾਂ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਵੀ ਸੀ। ਰਾਖੀ ਨੇ ਦੱਸਿਆ ਕਿ ਉਸਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ। ਇਸ ਸੰਬੰਧੀ ਉਹਨਾਂ ਚਿੰਤਾ ਪ੍ਰਗਟ ਆਈ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਪੇਜ ਤੋਂ ਕੋਈ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਨੇ। ਉਸਨੇ ਦੱਸਿਆ ਕਿ ਉਸਨੇ ਪਾਸਵਰਡ ਵੀ ਬਦਲਿਆ, ਪਰ ਉਹ ਆਪਣੇ ਅਕਾਊਂਟ ਤੱਕ ਪਹੁੰਚ ਨਹੀਂ ਪਾ ਰਹੀ। ਇਸ ਮਾਮਲੇ ਨੂੰ ਲੈ ਕੇ ਉਹ ਓਸ਼ੀਵਾਰਾ ਥਾਣੇ ਵੀ ਪਹੁੰਚੀ। ਅਕਾਊਂਟ ਹੈਕ ਹੋਣ ਤੋਂ ਬਾਅਦ ਰਾਖੀ ਸਾਈਬਰ ਕ੍ਰਾਈਮ ਯੂਨਿਟ ਨੂੰ ਮਿਲੀ। ਇਸ ਵੀਡੀਓ ਨੂੰ ਜੇਕਰ ਗੱਲ ਕਰੀਏ ਤਾਂ ਲਗਾਤਾਰ ਦੇਖਿਆ ਜਾ ਰਿਹਾ। ਇਸ ਦੌਰਾਨ ਪੇਪਰਾਜ਼ੀ ਨੇ ਉਹਨਾਂ ਦਾ ਹਰ ਮੂਮੈਂਟ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ। ਰਾਖੀ ਨੇ ਦੱਸਿਆ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਪਾਸਵਰਡ ਬਦਲ ਦਿੱਤਾ ਗਿਆ। ਰਾਖੀ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਇਹ ਕਿਸਨੇ ਕੀਤਾ, ਉਹ ਗਲਤ ਤੇ ਗਲਤ ਲਿਖ ਰਹੇ ਨੇ। ਵੀਡੀਓ ਦੇ ਵਿੱਚ ਰਾਖੀ ਕਾਫੀ ਜ਼ਿਆਦਾ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਬੁਆਏਫ੍ਰੈਂਡ ਆਦਿਲ ਵੀ ਨੇ ਜੋ ਨਜ਼ਰ ਆ ਰਹੇ ਨੇ। ਆਓ ਉਹਨਾਂ ਦੀ ਇਸ ਵੀਡੀਓ ਤੇ ਪਾਉਂਦੇ ਹਾਂ ਇੱਕ ਨਜ਼ਰ। ਉਸ ਨੇ ਮੇਰੇ ਸਾਥ ਚੀਟ ਕੀਆ, ਪਹਿਲੀ ਸ਼ਾਦੀ ਉਹ ਥੀ, ਡਾਈਵੋਰਸ ਨਹੀਂ ਦਿਆ, ਫਿਰ ਵੀ ਮੇਰੇ ਸਾਥ ਸ਼ਾਦੀ ਕੀਆ। ਮੈਂ ਬਿਗ ਬਾਸ ਮੇ ਗਈ ਤੋ ਉਸਕੀ ਪੂਰੀ ਪੋਲ ਬਾਹਰ ਆ ਗਈ। ਮੈਨੇ ਫਿਰ ਵੀ ਉਸਕੇ ਪਰ ਕੋਈ ਕੇਸ ਨਹੀਂ ਕੀਆ। ਆਈ ਡਿਡਨਟ ਡੂ ਐਨੀਥਿੰਗ, ਕੋਈ ਕੋਰਟ ਨਹੀਂ ਲੈ ਕੇ ਗਈ, ਕੋਈ ਪੁਲਿਸ ਸਟੇਸ਼ਨ ਨਹੀਂ ਗਈ। ਮੈਂ ਅੱਜ ਆਦਿਲ ਕੇ ਸਾਥ ਹੂੰ ਤੋ ਬਸ ਉਸਕੋ ਜਲਨ ਹੋ ਰਹੀ ਹੈ ਐਵਰੀ ਟਾਈਮ, ਬਿਕੋਜ਼ ਆਈ ਐਮ ਇਨ ਟੂ ਗੋਡ, ਸੋ ਆਈ ਡੋਨਟ ਵਾਂਟ ਟੂ ਟ੍ਰਬਲ ਐਨੀਵਨ। ਔਰ ਮੈਂ ਹਮੇਸ਼ਾ ਫਗੀਵ ਕਾ ਨੇਚਰ ਰੱਖਤੀ ਹੂੰ, ਤੋ ਮੈਨੇ ਕਹਾ ਜਾਣੇ ਦੋ। ਉਸਕੇ ਪਹਿਲੀ ਬੀਵੀ ਉਸਕੋ ਚਾਰ ਚਾਰ ਕੋਰਟ ਮੇ ਘਸਿਟ ਰਹੀ ਹੈ, ਤੋ ਮੁਝੇ ਨਹੀਂ ਕਰਨਾ ਹੈ। ਐਸੇ ਵੀ ਮੇਰੀ ਸ਼ਾਦੀ ਜੋ ਉਸਕੇ ਸਾਥ ਇਨਲੀਗਲ ਥੀ, ਯੂ ਨੋ,
तो मैं सोची जाने तो आई वांट टू ट्रबल हिम बट ही जस्ट वांट टू ट्रबल मी ही जस्ट वांट टू ट्रबल मी ही जस्ट वांट टू ट्रबल मी उसको जलन हो गई है उसको इतनी जलन हो गई है आदिल के साथ घूम रही है मेरे इंस्टाग्राम पे वो देखता है लेकिन अभी तो ये बहुत ही ज्यादा हो रहा है आपके साथ तो लेकिन आप केस वगैरह मैं पुलिस स्टेशन में इसीलिए आई हूँ ऐसे धक्के मार के निकाल के फेंक देना मैं कभी नहीं मेरी माँ को भी नहीं बताया कभी पुलिस स्टेशन भी नहीं गई कभी नहीं बताया कभी नहीं बताया इतना अब्यूज करता था कभी नहीं बताया मैंने अब वो मुझे अटैक कर रहा है मेरे सोशल मीडिया पे फेसबुक इंस्टाग्राम मेरा अकाउंट सब कुछ हैक कर लिया उसने बॉलीवुड एक्ट्रेस श्रद्धा कपूर दे नाल जुड़ी एक वड्डी खबर सामने आई है खबर है कि श्रद्धा कपूर दे भरा सिद्धांत कपूर नू बेंगलुरु दे विच पुलिस ने हिरासत दे विच लै लिया सिद्धांत कपूर दे ड्रग्स लैण दा आरोप लगा सामने आई जानकारी दे मुताबिक ड्रग्स केस दे विच फसे शक्ति कपूर दे बेटे सिद्धांत कपूर नू बेंगलुरु दे विच पुलिस ने हिरासत दे विच लै लिया श्रद्धा कपूर दे भरा समेत कुल 6 लोग ड्रग्स टेस्ट दे विच पॉजिटिव पाए गए ये सारे लोग बेंगलुरु दे एमजी रोड स्थित एक होटल दे विच पार्टी कर रहे सी इस दौरान पुलिस ने छापा मारते हुए तुरंत कार्रवाई की थी। पुलिस ने एक गुप्त सूचना ते कार्रवाई करते हुए एमजी रोड ते एक होटल ते छापा मारिया जिथे एक पार्टी का आयोजन किया गया सी। इस दौरान पुलिस ने नशीलियां दवाइयां दा सेवन दे शक दे विच लोकां दे नमूने भेजे जांच दे विच पॉजिटिव पाए गए 6 लोकां दे विच श्रद्धा कपूर दे भरा दा सैंपल भी शामिल सी। मामले दे विच पुलिस ने कहा कि स्पष्ट नहीं है कि उन्होंने ड्रग्स दा सेवन कीता अते पार्टी दे विच आए ने या होटल दे विच उन्होंने सेवन किया। साल 2020 दे विच अदाकार सुशांत सिंह राजपूत दी मौत दे बाद तो ही लगातार ड्रग्स मामले दे विच बॉलीवुड दे कई वड्डे कलाकारां दा नाम सामने आया सी। एक्ट्रेस श्रद्धा कपूर भी उन्हां लोकां विच शामिल सी जिन्हां तों एनसीबी ने कथित तौर ते ड्रग्स रखण नूं लै के पुछगिछ कीती सी। उत्थे दूसरी साइड हुण इह मामला जो है नजर आया जिस तों बाद मामला फिर तों गर्म हुंदा नजर आ रहा है। उधर जेकर गल करिए शक्ति कपूर दी बॉलीवुड के दिग्गज एक्टर शक्ति कपूर के बेटे सिद्धांत नूं हाल ही दे विच जिवें कि दस्सिया बेंगलुरु पुलिस ने हिरासत विच लिया। सिद्धांत कपूर के ड्रग्स लैण के आरोप से जो है शक्ति कपूर ने भी अपना बयान दिता। जिवें तुहानूं दस दईए कि अज बेटे नूं पुलिस हिरासत विच लै जाण की खबर के बाद उन्होंने एक वैबसाइट के नाल गलबात करते हुए कहा मैं केवल एक ही गल कह सकता हाँ यह संभव नहीं। जी हाँ तुहानूं दस दईए कि उन्होंने कहा कि यह संभव नहीं है कि उन्होंने बेटे की ड्रग्स लेने ड्रग्स केस विच सामने आए बेटे सिद्धार्थ के नाम से पिता शक्ति कपूर ने अजिहा रिएक्शन दिता है। बॉलीवुड डीवा दिशा पटानी अज किसी पहचान की मोहताज नहीं है। एक्ट्रेस अपनी फिटनेस और फैशन सेंस के नाल फैंस के दिलों से राज करती है ते अज दिशा अपना जन्मदिन मना रही है। दिशा दे करियर दी गल करिए तां उन्हां दे पेरेंट्स अते भैन दा बड़ा वड्डा हाथ है उन्हां दे करियर दे विच। दिशा एक वैल एजुकेटेड फैमिली दे नाल संबंध रखती है। दिशा दे पिता जगदीश सिंह पाटनी एक पुलिस अधिकारी ने अते उन्हां दी मां एक हेल्थ इंस्पैक्टर। दिशा दी वड्डी भैन खुशबू पाटनी भी भारतीय सेना दे विच लेफ्टिनेंट है। एक इंटरव्यू दे विच एक्ट्रेस ने खुलासा किया सी कि वह पायलट बनना चाहती सी। हालांकि कॉलेज टाइम तो ही एक्ट्रेस ब्यूटी कॉन्सर्ट दे विच पार्ट लैंदी सी फिर अजिहे विच उन्हां दी एंट्री फिल्म इंडस्ट्री दे विच हो गई। साल 2015 दे विच पहली बार एक्ट्रेस नूं एक चॉकलेट दी एड दे विच देखा गया। एड फिल्म्स तो करियर दी शुरुआत करन वाली दिशा ने बॉलीवुड डेब्यू दे नाल पहली तेलुगू फिल्म लुफर दे विच काम कीता। इस बाद एक म्यूजिक वीडियो कीता जिस दे बाद उन्हां ने बॉलीवुड सफर दी शुरुआत कीती। हालांकि दिशा नूं बॉलीवुड दे विच पहचान फिल्म MS धोनी द अनटोल्ड स्टोरी तों मिली। इस फिल्म दे विच एक्ट्रेस मरहूम एक्टर सुशांत सिंह राजपूत दे नाल नजर आई सी। दिशा नूं उन्हां दी खूबसूरती दे लई नैशनल क्रश दा टैग भी मिलिया।
एक्ट्रेस सोशल मीडिया से काफ़ी एक्टिव रहती है। दिशा की परसनल लाइफ की गल करिए बॉलीवुड एक्टर टाइगर श्रॉफ ने ट्वीट कर रही है, अक्सर ही दोनों स्टार्स एक दूजे के नाल स्पॉट किए जाते हैं। हालांकि दोनों स्टार्स ने कदे भी अपने रिश्ते की गल नूं ओपनली नहीं दस्या। जी हाँ, तुहानू दस दिए कि दिशा पटानी और टाइगर श्रॉफ दी कई तस्वीर स्पॉटेड वीडियोज सामने आदि रहते हैं, पर अज बला की खूबसूरत एक्ट्रेस अपना जन्मदिन मना रही है। उन्होंने उन्होंने जन्मदिन से हार्दिक मुबारकबाद। बॉलीवुड एक्टर राजकुमार राव अज अपना जन्मदिन मना रहे हैं। इन्हों का जन्म 13 जून 1984 गुरुग्राम के होया। जी हाँ, अदाकार राजकुमार बॉलीवुड इंडस्ट्री के एक मन्ने परमन्ने पॉपुलर एक्टर ने। उन्होंने कई सुपरहिट फिल्मों के शानदार किरदार निभाए। उन्हों का बॉलीवुड सफर साल 2013 तो शुरू होया। साल 2013 उन्होंने फिल्म काई पोचे के अपना बॉलीवुड डेब्यू किया। इस फिल्म दे विच राजकुमार राव दे नाल अदाकार सुशांत सिंह राजपूत ने भी डेब्यू किया। धार्मिक असमानतावां अते राजनीतिक अते दंगियां ते आधारित ये फिल्म सुपर उपर हिट हुई। फिल्म दे विच राजकुमार राव दे किरदार नूं काफी पसंद किया गया। इस दे बाद एक दे बाद एक कई बेहतरीन फिल्मां दे विच उन्होंने काम किया। इन्हां दी कुछ पॉपुलर फिल्मां दे विचों एक ने शादी में जरूर आना, रूही, हमारी अधूरी कहानी, इसरी, लव सैक्स और धोखा, रागनी, MMS अते बधाई दो अते होर भी बहुत सारिया फिल्मां। राजकुमार राव ने साल 2021 दे विच पत्रलेखा दे नाल व्याह करवाया। पत्रलेखा ते राजकुमार राव 11 साल तो रिलेशनशिप दे विच सी। इह दोनों बॉलीवुड इंडस्ट्री दे एक बेहतरीन कपल दे रूप दे विच जाने जांदे ने। इन्हां दोनों दे विच काफ़ी चंगी बॉन्डिंग है जो अक्सर ही देखण मिलदी है। पत्नी दे नाल तस्वीरां ते वीडियोज़ अक्सर ही सोशल मीडिया ते शेयर करते रहते हैं। इस समय अदाकार राजकुमार राव अपनी आने वाली फिल्म हिट द फर्स्ट केस नूं लैके बिजी ने। फिल्म 15 जुलाई नूं सिनेमा घरां दे विच रिलीज़ होने वाली है। यह एक एक्शन थ्रिलर फिल्म है जो तेलुगू फिल्म हिट का रीमेक है। इस फिल्म दे विच अदाकार राजकुमार राव दे नाल एक्ट्रेस सानिया मल्होत्रा मुख्य किरदार दे विच नजर आएगी। अभिनेता राजकुमार राव ने इस फिल्म दे नाल जुड़िया एक वीडियो भी अपने सोशल मीडिया अकाउंट ते शेयर किया है। इस दे अलावा राजकुमार राव एक्ट्रेस जानवी कपूर दे नाल फिल्म मिस्टर एंड मिसेस माही की शूटिंग दे विच भी बिजी ने। त्याजे बाकमाल एक्टर अपना जन्मदिन मना रहे ने। उन्हां नूं उन्हां दे जन्मदिन ते हार्दिक मुबारकबाद। इंटरनेट सेंसेशन बन चुकी एक्ट्रेस उर्फी जावेद हर दिन कदे अपने बयानों नूं लैके कदे अपने कपड़ियां नूं लैके सुर्खियां दे विच बनी रहती है। हुण एक बार फिर उर्फी ने एयरपोर्ट ते कुछ अजिहा कर दिता जिस तों उन्हां दा वीडियो तेजी दे नाल वायरल हो रहा। दरअसल उर्फी नूं पेपराजी ने मुंबई एयरपोर्ट ते स्पॉट किया। इस दौरान पेपराजी ने उर्फी तों उन्हां दे नाम दे स्पेलिंग दे विच होए बदलाव नूं लैके सवाल किया, जिस ते एक्ट्रेस ने काफी दिलचस्प जवाब दिता। जी हाँ, कुछ ही दिनों पहला उर्फी ने इंस्टाग्राम ते अपने नाम दे स्पेलिंग उर्फी जावेद यानी कि URFIJAVED तो बदल के उर्फी जावेद प्रोनाउंस हो ही होता है पर स्पेलिंग बदल गए URFI कर दिता सी। अजिहे विच हर कोई इस बारे दे विच जानना चाहता सी कि आखिर उर्फी ने अजिहा क्यों किया। हुण इस सवाल ते उर्फी ने रिएक्ट किया अते इसका कारण एस्ट्रोलॉजी दस्या। उर्फी ने कहा कि मैं अपने नाम की स्पेलिंग बदल दी है क्योंकि मैनू एक न्यूरोलॉजिस्ट ने बोलिया सी अजिहा करन दे नाल थोड़ी तरक्की होएगी अते काम मिलेगा। अजिहे विच एक शख्स ने कहा तुसी तां खूब वायरल रहिंदे हो ते इस दे एक्ट्रेस ने कहा कि वायरल होण दे पैसे नहीं मिलते। उर्फी का यह अंदाज सोशल मीडिया से जो है काफ़ी पसंद किया जा रहा है अते उन्हां दा यह वीडियो काफ़ी ज़्यादा वायरल हो रहा है। इसी दे नाल तुहानू इस वीडियो ते नज़र पवाने आ।
ਤਾਂ ਤੁਸੀਂ ਦੇਖਿਆ ਕਿ ਇੱਕ ਪਾਸੇ ਜਿੱਥੇ ਉਰਫੀ ਨੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ, ਉੱਥੇ ਹੀ ਉਰਫੀ ਇਸ ਬੋਲਡ ਡਰੈਸ ਤੇ ਵੀ ਚਰਚੇ ਕਰਵਾ ਰਹੀ ਹੈ। ਦਰਅਸਲ ਉਰਫੀ ਨੇ ਆਪਣੀ ਪੁਰਾਣੀ ਸਾੜੀ ਨੂੰ ਕੱਟ ਕੇ ਸਕਰਟ ਅਤੇ ਬਰਾਲੈਟ ਤਿਆਰ ਕੀਤੀ ਹੈ। ਅਜਿਹੇ ਵਿੱਚ ਸਾਰੇ ਉਰਫੀ ਦਾ ਇਹ ਆਈਡੀਆ ਕਾਫੀ ਪਸੰਦ ਕਰ ਰਹੇ ਨੇ ਤੇ ਲੋਕ ਉਹਨਾਂ ਦੀ ਕ੍ਰੀਏਟਿਵਿਟੀ ਨੂੰ ਸਲਾਮ ਵੀ ਠੋਕ ਰਹੇ ਨੇ। ਬਾਲੀਵੁੱਡ ਦੀ ਖੂਬਸੂਰਤ ਐਕਟਰੈਸ ਕਰੀਨਾ ਕਪੂਰ ਅਤੇ ਉਹਨਾਂ ਦੀ ਖੂਬਸੂਰਤ ਭੈਣ ਕਰਿਸ਼ਮਾ ਕਪੂਰ ਅਤੇ ਮਲਾਇਕਾ ਅਰੋੜਾ ਤੇ ਅਮ੍ਰਿਤਾ ਅਰੋੜਾ ਜੋ ਉਹਨਾਂ ਦੀ ਗਰਲ ਗੈਂਗ ਹੈ, ਇਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਹੈ। ਇਹ ਇਕੱਠੇ ਸਮਾਂ ਬਿਤਾਉਣ ਦੇ ਵਿੱਚ ਕਦੇ ਵੀ ਦੋ ਵਾਰ ਨਹੀਂ ਸੋਚਦੇ। ਅਕਸਰ ਚਾਰੇ ਦੋਸਤਾਂ ਨੂੰ ਮਿਲ ਕੇ ਇੱਕ ਦੂਸਰੇ ਦੇ ਨਾਲ ਮਸਤੀ ਕਰਦੇ, ਪਾਰਟੀ ਕਰਦਿਆਂ ਸਪੋਟ ਕੀਤਾ ਜਾਂਦਾ ਹੈ। ਹੁਣ ਇੱਕ ਵਾਰ ਫਿਰ ਕਰਿਸ਼ਮਾ ਕਪੂਰ ਦੇ ਘਰ ਮਹਿਫਲ ਜਮੀ ਅਤੇ ਸਾਰਿਆਂ ਨੇ ਸੀ ਫੂਡ ਇੰਜੋਏ ਕੀਤਾ। ਹਾਲ ਹੀ ਦੇ ਵਿੱਚ ਕਰੀਨਾ ਕਪੂਰ ਕਰਿਸ਼ਮਾ ਕਪੂਰ ਨੂੰ ਕਰਿਸ਼ਮਾ ਕਪੂਰ ਦੇ ਘਰ ਦੇ ਬਾਹਰ ਸਪੋਟ ਕੀਤਾ ਗਿਆ। ਪਹਿਲਾਂ ਤਾਂ ਇਹਨਾਂ ਦੀ ਸਪੋਟਡ ਵੀਡੀਓ ਤੇ ਨਜ਼ਰ ਪਾਉਂਦੇ ਹਾਂ। ਤੁਸੀਂ ਦੇਖਿਆ ਕਿ ਕੰਫੀ ਅਤੇ ਕੈਜੂਅਲ ਲੁੱਕ ਦੇ ਵਿੱਚ ਇੱਕ ਖੂਬਸੂਰਤ ਹਸੀਨਾ ਵਾਂ ਕਰਿਸ਼ਮਾ ਕਪੂਰ ਦੇ ਘਰ ਪਹੁੰਚੀਆਂ। ਸੰਡੇ ਨੂੰ ਲੰਚ ਕਰਨ ਦੇ ਲਈ ਕਰੀਨਾ ਅਤੇ ਅਮ੍ਰਿਤਾ ਅਰੋੜਾ ਕਰਿਸ਼ਮਾ ਕਪੂਰ ਦੇ ਘਰ ਪਹੁੰਚੀਆਂ। ਇਸ ਲੰਚ ਦੇ ਵਿੱਚ ਸਾਰਿਆਂ ਨੇ ਫਿਸ਼ ਖਾਧੀ। ਆਪਣੇ ਸਵਾਦਿਸ਼ਟ ਖਾਣੇ ਦੀਆਂ ਫੋਟੋਜ਼ ਨੂੰ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ। ਇਸ ਫੋਟੋ ਦੇ ਵਿੱਚ ਫਿਸ਼ ਨਾਲ ਬਣੀ ਡਿਸ਼ਿਜ਼ ਨੂੰ ਦੇਖਿਆ ਜਾ ਸਕਦਾ ਹੈ। ਇਸ ਫੋਟੋ ਦੇ ਕੈਪਸ਼ਨ ਦੇ ਵਿੱਚ ਕਰੀਨਾ ਨੇ ਲਿਖਿਆ, ਕੁਛ ਫਿਸ਼ੀ। ਇਸੇ ਫੋਟੋ ਨੂੰ ਅਮ੍ਰਿਤਾ ਅਰੋੜਾ ਨੇ ਵੀ ਸ਼ੇਅਰ ਕੀਤਾ ਅਤੇ ਲਿਖਿਆ, ਸੰਡੇ ਦਾ ਖਾਣਾ ਮੇਰੀ ਬੈਸਟ ਫਰੈਂਡ ਫੋਰ ਐਵਰ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਦੇ ਵੱਲੋਂ ਮੇਰੇ ਸੰਡੇ ਟਮੀ ਮੇ ਯਮੀ। ਕਰਿਸ਼ਮਾ ਕਪੂਰ ਨੇ ਵੀ ਭੈਣ ਕਰੀਨਾ ਦੇ ਨਾਲ ਇੱਕ ਸੈਲਫੀ ਸ਼ੇਅਰ ਕੀਤੀ ਸੀ। ਦੋਨੋਂ ਭੈਣਾਂ ਨੂੰ ਇਸ ਫੋਟੋ ਦੇ ਵਿੱਚ ਰਿਲੈਕਸ ਕਰਦੇ ਦੇਖਿਆ ਜਾ ਸਕਦਾ ਹੈ। ਕਰਿਸ਼ਮਾ ਦੇ ਘਰ ਲੰਚ ਕਰਨ ਦੇ ਬਾਅਦ ਕਰੀਨਾ ਆਪਣੇ ਪਿਤਾ ਰਣਧੀਰ ਕਪੂਰ ਦੇ ਨਾਲ ਵੀ ਮਿਲਣ ਗਏ ਸੀ। ਰਣਧੀਰ ਦੇ ਘਰ ਬਾਹਰ ਉਹਨਾਂ ਨੂੰ ਫਲੋਰਲ ਡਰੈਸ ਦੇ ਵਿੱਚ ਸਪੋਟ ਕੀਤਾ ਗਿਆ ਸੀ। ਉਧਰ ਹੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀ ਕਰੀਨਾ ਕਪੂਰ ਖਾਨ ਬੇਹੱਦ ਬਿਜ਼ੀ ਚੱਲ ਰਹੀ ਹੈ। ਇਨ੍ਹੀਂ ਦਿਨੀ ਉਹ ਐਕਟਰ ਵਿਜੇ ਵਰਮਾ ਦੇ ਨਾਲ ਆਪਣੀ ਨਵੀਂ ਫਿਲਮ ਸ਼ੂਟ ਕਰ ਰਹੀ ਹੈ। ਇਸ ਫਿਲਮ ਦਾ ਨਾਮ ਹੈ ਦ ਡਿਵੋਸ਼ਨ ਆਫ ਅ ਸਸਪੈਕਟ ਐਕਸ ਹੈ। ਸੁਜਾਇ ਘੋਸ਼ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਕਾਫੀ ਸਮੇਂ ਤੋਂ ਦਾਰਜੀਲਿੰਗ ਦੇ ਵਿੱਚ ਹੋ ਰਹੀ ਸੀ। ਇਸ ਸੀਰੀਜ਼ ਦੇ ਵਿੱਚ ਕਰੀਨਾ ਆਪਣਾ OTT ਡੈਬਿਊ ਕਰਨ ਵਾਲੀ ਹੈ। ਇਸ ਦੇ ਨਾਲ ਹੀ ਜੈਦੀਪ ਅਹਲਾਵਤ ਦੇ ਨਾਲ ਵੀ ਕੰਮ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਕਰੀਨਾ ਕਪੂਰ ਫਿਲਮ ਲਾਲ ਸਿੰਘ ਚੱਡਾ ਦੇ ਵਿੱਚ ਵੀ ਦਿਖਾਈ ਦੇਵੇਗੀ। ਆਮਿਰ ਖਾਨ ਸਟਾਰਰ ਇਸ ਫਿਲਮ ਦੇ ਵਿੱਚ, ਨਾਗਾ ਚੇਤਨਿਆ ਅਤੇ ਮੋਨਾ ਸਿੰਘ ਵੀ ਅਹਿਮ ਕਿਰਦਾਰ ਦੇ ਵਿੱਚ ਨੇ। 3 Idiots ਦੇ ਬਾਅਦ ਆਮਿਰ ਅਤੇ ਕਰੀਨਾ ਇੱਕ ਵਾਰ ਫਿਰ ਪਰਦੇ ਤੇ ਰੋਮਾਂਸ ਕਰਦੇ ਦਿਖਾਈ ਦੇਣਗੇ। ਲਾਲ ਸਿੰਘ ਚੱਡਾ ਹਾਲੀਵੁੱਡ ਫਿਲਮ ਫੋਰੈਸਟ ਗੰਪ ਫਿਲਮ ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ। ਇਹ ਫਿਲਮ ਰਕਸ਼ਾ ਬੰਧਨ ਦੇ ਖਾਸ ਮੌਕੇ ਤੇ 11 August 2022 ਨੂੰ ਰਿਲੀਜ਼ ਹੋਵੇਗੀ। ਬਾਲੀਵੁੱਡ ਦੇ ਬਾਕਮਾਲ ਐਕਟਰ ਰਾਜਕੁਮਾਰ ਰਾਓ, ਜੀ ਹਾਂ, ਉਹਨਾਂ ਦੀ ਆਉਣ ਵਾਲੀ ਫਿਲਮ ਹਿੱਟ ਦ ਫਸਟ ਕੇਸ ਜੋ ਹੈ ਉਹ ਆ ਰਹੀ ਹੈ। ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਸਾਨੀਆ ਮਲਹੋਤਰਾ ਨਜ਼ਰ ਆਉਣਗੇ। ਰਾਜਕੁਮਾਰ ਰਾਓ ਅਤੇ ਸਾਨੀਆ ਮਲਹੋਤਰਾ ਨੂੰ ਹਾਲ ਹੀ ਦੇ ਵਿੱਚ ਇਕੱਠਿਆਂ ਟੀ ਸੀਰੀਜ਼ ਦੇ ਬਾਹਰ ਸਪੋਟ ਕੀਤਾ ਗਿਆ, ਜਿੱਥੇ ਇਹ ਦੋਨੋਂ ਬੇਹੱਦ ਖੂਬਸੂਰਤ ਅੰਦਾਜ਼ ਦੇ ਵਿੱਚ ਨਜ਼ਰ ਆਏ। ਜੀ ਹਾਂ, ਰਾਜਕੁਮਾਰ ਰਾਓ ਇੰਡਸਟਰੀ ਦੇ ਇੱਕ ਅਜਿਹੇ ਕਲਾਕਾਰ ਨੇ ਜੋ ਆਪਣੇ ਉਮਦਾ ਅਦਾਕਾਰੀ ਦੇ ਨਾਲ ਫੈਂਸ ਦੇ ਦਿਲਾਂ 'ਤੇ ਰਾਜ ਕਰਦੇ ਨੇ। ਫੈਂਸ ਨੂੰ ਐਕਟਰ ਦੀਆਂ ਫਿਲਮਾਂ ਅਤੇ ਵੈਬ ਸੀਰੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ। ਹੁਣ ਹਾਲ ਹੀ ਦੇ ਵਿੱਚ ਰਾਜਕੁਮਾਰ ਰਾਓ ਨੇ ਆਪਣੀ ਅਗਲੀ ਫਿਲਮ ਹਿੱਟ ਦਾ ਫਸਟ ਕੇਸ ਦੇ ਕੋਈ ਮੋਸ਼ਨ ਪੋਸਟਰਸ ਵੀ ਜਾਰੀ ਕੀਤੇ ਸੀ। ਇਸ ਦੇ ਨਾਲ ਹੀ ਐਕਟਰ ਦੀ ਇਹ ਫਿਲਮ 15 July ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ। ਐਕਟਰ ਇੱਕ ਵਾਰ ਫਿਰ ਆਪਣੀ ਦਮਦਾਰ ਐਕਟਿੰਗ ਦੇ ਨਾਲ ਫੈਂਸ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਨੇ। ਫਿਲਹਾਲ ਸਾਨੀਆ ਮਲਹੋਤਰਾ ਦੇ ਨਾਲ ਰਾਜਕੁਮਾਰ ਰਾਓ ਸਪੋਟ ਹੋਏ ਨੇ। ਆਓ ਉਹਨਾਂ ਦੀ ਇਸ ਸਪੋਟਡ ਵੀਡੀਓ 'ਤੇ ਨਜ਼ਰ ਪਾਉਂਦੇ ਹਾਂ।
ਇਸ ਦੇ ਨਾਲ ਹੀ ਇਹਨਾਂ ਦੀ ਫਿਲਮ ਦੀ ਗੱਲ ਕਰੀਏ ਹਿੱਟ ਦਾ ਫਸਟ ਕੇਸ ਦੀ ਤਾਂ ਇਸੇ ਨਾਮ ਦੀ ਇੱਕ ਤੇਲਗੂ ਫਿਲਮ ਦਾ ਇਹ ਹਿੰਦੀ ਰੀਮੇਕ ਹੈ। ਇਹ ਫਿਲਮ ਇੱਕ ਪੁਲਿਸ ਵਾਲੇ ਦੀ ਕਹਾਣੀ ਹੈ ਜੋ ਇੱਕ ਲਾਪਤਾ ਲੜਕੀ ਦੀ ਤਲਾਸ਼ ਕਰਦਾ ਹੈ। ਰਾਜਕੁਮਾਰ ਰਾਓ ਦੀ ਇਹ ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਇਲਾਵਾ ਦਰਸ਼ਕਾਂ ਦੇ ਲਈ ਖਾਸ ਗੱਲ ਇਹ ਵੀ ਹੈ ਕਿ ਫਿਲਮ ਪਰਦੇ ਤੇ ਪਹਿਲੀ ਵਾਰ ਰਾਜਕੁਮਾਰ ਰਾਓ ਦੇ ਨਾਲ ਸਾਨੀਆ ਮਲਹੋਤਰਾ ਦੀ ਜੋੜੀ ਦੇਖਣ ਨੂੰ ਮਿਲੇਗੀ। ਸਾਨੀਆ ਮਲਹੋਤਰਾ ਵੀ ਰਾਜਕੁਮਾਰ ਰਾਓ ਦੇ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਐਕਸਾਈਟਡ ਸੀ। ਹਿੱਟ ਦ ਫਸਟ ਕੇਸਟ ਦੇ ਵਿੱਚ ਰਾਜਕੁਮਾਰ ਰਾਓ ਦਾ ਇੰਟੈਂਸ ਅਵਤਾਰ ਦੇ ਵਿੱਚ ਉਹ ਨਜ਼ਰ ਆਉਣ ਵਾਲੇ ਨੇ। ਐਕਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫਿਲਮ ਦਾ ਮੋਸ਼ਨ ਪੋਸਟਰ ਵੀ ਸ਼ੇਅਰ ਕੀਤਾ ਸੀ। ਮੋਸ਼ਨ ਪੋਸਟਰ ਦੀ ਸ਼ੁਰੂਆਤ ਦੇ ਵਿੱਚ ਇੱਕ ਕਾਰ ਸੜਕ ਤੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਅੱਗੇ ਰਾਜਕੁਮਾਰ ਰਾਓ ਦਾ ਚਿਹਰਾ ਦਿਖਾਈ ਦਿੰਦਾ ਹੈ। ਇਸ ਵਿੱਚ ਰਾਜਕੁਮਾਰ ਕੱਟੀ ਹੋਈ ਦਾੜੀ ਅਤੇ ਦੋਨਾਂ ਕੰਨਾਂ ਦੇ ਵਿੱਚ ਵਾਲੀ ਪਹਿਨੇ ਹੋਏ ਦਿਖਾਈ ਦੇ ਰਹੇ ਨੇ। ਰਾਜਕੁਮਾਰ ਰਾਓ ਦੀ ਅਪਕਮਿੰਗ ਫਿਲਮ ਹਿੱਟ ਦ ਫਸਟ ਕੇਸ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਰਾਜਕੁਮਾਰ ਰਾਓ ਦੇ ਕਿਰਦਾਰ ਦਾ ਨਾਮ ਵਿਕਰਮ ਹੈ ਤੇ ਇਹ ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਹ ਸਨ ਅੱਜ ਦੀਆਂ ਬਾਲੀਵੁੱਡ ਪੋਲੀਵੁੱਡ ਦੀਆਂ ਕੁਝ ਖਾਸ ਖਬਰਾਂ ਜਿਨ੍ਹਾਂ 'ਤੇ ਮਾਰੀ ਆਪਾਂ ਚਾਹ ਤਾਂ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਸਾਨੂੰ ਦੱਸਣਾ ਨਹੀਂ ਭੁੱਲਣਾ ਅਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਲਹਾਲ ਦੇ ਲਈ ਇੰਟਰਟੇਨਮੈਂਟ ਦੇ ਸੈਗਮੈਂਟ ਯਾਨੀ ਕਿ ਸਪਾਈਸੀ ਰੀਲਸ ਦੇ ਵਿੱਚ ਇੰਨਾ ਹੀ। ਹੁਣ ਆਪਣੀ ਦੋਸਤ ਸਮਨਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।